ਵੱਡਿਆਂ ਭਾਗਾਂ ਵਾਲੇ ਨੂੰ ਗੁਰੂ ਦੀ ਸੰਗਤ, ਗੁਰੂ ਦੇ ਦਰਸ਼ਨ, ਗੁਰੂ ਦੀ ਹਜ਼ੂਰੀ ਮਿਲਦੀ ਹੈ, ਗੁਰੂ ਨਾਲ ਭੇਂਟ ਹੁੰਦੀ ਹੈ, ਮਿਲਾਪ ਹੁੰਦਾ ਹੈ, ਗੁਰੂ ਨਾਲ ਸੰਬੰਧ ਜੁੜਦਾ ਵੱਡਿਆਂ ਭਾਗਾਂ ਵਾਲਿਆਂ ਦਾ। ਤੁਸੀਂ ਸੰਗਤ ਵਿੱਚ ਆਓਗੇ ਤਾਂ ਹੀ ਸੰਬੰਧ ਜੁੜੇਗਾ ਨਾ, ਜੇ ਤੁਸੀਂ ਆਓਗੇ ਨਹੀਂ ਸੰਬੰਧ ਕਿਵੇਂ ਗੁਰੂ ਨਾਲ ਤੁਹਾਡਾ ਜੁੜੇਗਾ, ਨਾਤਾ ਕਿਵੇਂ ਜੁੜੇਗਾ। ਗੁਰੂ ਨਾਲ ਨਾਤਾ ਜੁੜ ਗਿਆ ਤਾਂ ਗੱਲ ਬਣ ਗਈ ਜੀਵਨ ਦੇ ਵਿੱਚ, ਬਖਸ਼ਿਸ਼ਾਂ ਨੇ ਦਰ ਖੋਲ੍ਹਤਾ ਸਮਝ ਲਓ। ਇਸ ਕਰਕੇ ਦੂਜਾ ਅਰਥ, ਵੱਡਾ ਭਾਗ ਭੇਟੇ ਗੁਰਦੇਵਾ, ਗੁਰਦੇਵ ਨੂੰ ਜਿਹੜੇ ਮਿਲ ਗਏ ਉਹਨਾਂ ਦੇ ਅੰਦਰੋਂ ਵੱਡੇ ਪੁਣੇ ਦੀ ਭਾਵ ਹੰਕਾਰ ਉਹਨਾਂ ਦੇ ਅੰਦਰੋਂ ਭਾਗੈ ਨਾਸ। ਹੰਕਾਰ ਐਡੀ ਵੱਡੀ ਉਪਾਧੀ ਹੈ, ਸਾਰੀ ਜ਼ਿੰਦਗੀ ਬੰਦੇ ਨੂੰ ਚੈਨ ਨਾਲ ਨਹੀਂ ਬੈਠਣ ਦਿੰਦਾ ਹੰਕਾਰੀ ਬੰਦਾ। ਤੁਸੀਂ ਦੁਨੀਆ ਦੇ ਜਿੰਨੇ ਵੀ ਹੰਕਾਰੀ ਉਹਨਾਂ ਦੀ ਹਿਸਟਰੀ ਪੜ੍ਹ ਕੇ ਦੇਖ ਲਓ। ਹਿਟਲਰ ਹੰਕਾਰੀ ਸੀ, ਭਟਕਿਆ ਹੋਇਆ ਮਨੁੱਖ ਸੀ ਨਾ, ਦੁਨੀਆ 'ਤੇ ਕਿੱਡੇ ਕਿੱਡੇ ਅੱਤਿਆਚਾਰ ਕੀਤੇ। ਔਰੰਗਜ਼ੇਬ ਹੰਕਾਰੀ ਸੀ, ਭਟਕਿਆ ਹੋਇਆ ਮਨੁੱਖ ਸੀ ਨਾ। ਇੰਦਰਾ ਗਾਂਧੀ ਵੀ ਹੰਕਾਰੀ ਸੀ, ਭਟਕੀ ਹੋਈ ਸੀ, ਹੰਕਾਰ ਵਿੱਚ ਆ ਕੇ ਹਰਿਮੰਦਰ ਸਾਹਿਬ 'ਤੇ ਹਮਲਾ ਕੀਤਾ ਨਾ। ਚੰਦੂ ਵੀ ਭਟਕਿਆ ਹੋਇਆ ਸੀ, ਉਹੀ ਕਥਾ ਚੱਲ ਰਹੀ ਹੈ। ਜਹਾਂਗੀਰ ਵੀ ਹੰਕਾਰੀ, ਮਨੁੱਖ ਨੂੰ ਚੈਨ ਨਹੀਂ ਹੁੰਦਾ, ਸ਼ਾਂਤੀ ਨਹੀਂ ਹੁੰਦੀ, ਉਹ ਭਟਕਦਾ ਹੀ ਰਹਿੰਦਾ ਸੀ। ਪਰ ਗੁਰੂ ਨੂੰ ਮਿਲਣ ਨਾਲ ਹੰਕਾਰ ਜਿਹੜਾ ਭੱਜ ਜਾਂਦਾ, ਨਾਸ ਹੋ ਜਾਂਦਾ। ਵੱਡਾ ਭਾਗ ਵੱਡੇ ਪੁਣੇ ਦੀ ਇੱਛਾ ਭੱਜ ਗਈ, ਨਾਸ ਹੋ ਗਈ, ਇਹ ਗੁਰੂ ਦੇ ਮਿਲਾਪ ਦਾ ਫਲ ਹੋਇਆ। ਔਰ ਅੰਤਰੀਵ ਅਰਥ ਹਨ, ਜਿਵੇਂ ਗੋ ਪ੍ਰਿਥਵੀ ਦੀ ਰੱਖਿਆ ਕਰਦਾ ਪਰਮੇਸ਼ਰ, ਤੇਰੇ ਹਿਰਦੇ ਵਿੱਚ, ਹਿਰਦੇ ਰੂਪ ਧਰਤੀ ਦੇ ਵਿੱਚ ਸ਼ੁਭ ਗੁਣਾਂ ਨੂੰ ਪਾਲ ਦੇਗਾ ਜੋ ਵਾਹਿਗੁਰੂ ਪਰਮੇਸ਼ਰ ਹੈ। ਰਾਜ ਦਾ ਅਰਥ ਹੁੰਦਾ ਭੇਤ, ਤੈਨੂੰ ਪਰਮੇਸ਼ਰ ਦੀ ਖਬਰ ਲਿਖ ਜਾਏਗੀ, ਮਿਲ ਜਾਏਗੇ ਉਹਦੇ ਸਾਰੇ ਭੇਤ, ਸਾਰੀਆਂ ਖਬਰਾਂ ਉਹਦੀਆਂ ਤੈਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਐਸੇ ਵਾਹਿਗੁਰੂ ਦੇ ਜਦੋਂ ਗੁਣ ਗਾਵੇਂਗਾ, ਜਿਹੜੇ ਗੁਣ ਉਹਦੇ ਵਿੱਚ ਉਹ ਤੇਰੇ ਵਿੱਚ ਆ ਜਾਣਗੇ। ਮੂਲ ਮੰਤਰ ਦਾ ਜਾਪਕ, ਮੂਲ ਮੰਤਰ ਦਾ ਅਭਿਆਸੀ ਇੱਕ ਦਿਨ ਮੂਲ ਮੰਤਰ ਵਾਲੇ ਗੁਣਾਂ ਦਾ ਮਾਲਕ ਬਣ ਜਾਂਦਾ। ਉਹ ਨਿਰਭਉ ਹੋ ਜਾਂਦਾ, ਨਿਰਵੈਰ ਹੋ ਜਾਂਦਾ, ਕਾਲ ਤੁਰੈਤ ਮੌਤ ਤੋਂ ਬੇਖੌਫ ਹੋ ਜਾਂਦਾ, ਮੌਤ ਤੋਂ ਡਰਦਾ ਨਹੀਂ ਉਹ। ਇਸੇ ਹੀ ਤਰ੍ਹਾਂ ਅਜੂਨੀ ਅਜਨਮਾ, ਜਨਮਾਂ ਦੇ ਚੱਕਰ 'ਚ ਨਹੀਂ ਉਹ ਕਦੇ ਆਉਂਦਾ, ਉਹਦੀ ਅਵਸਥਾ ਅਦਵੈਤ ਸਰੂਪ ਬਣ ਜਾਂਦੀ ਹੈ। ਇੱਕ ਦਾ ਅਰਥ ਹੈ ਅਦਵੈਤ ਸਰੂਪ, ਸਾਰਿਆਂ 'ਚ ਪਰਮੇਸ਼ਰ ਦੀ ਜੋਤ ਨੂੰ ਦੇਖਦਾ, ਮੂਲ ਮੰਤਰ ਦਾ ਅਭਿਆਸੀ ਬ੍ਰਹਮ ਗਿਆਨੀ ਬਣ ਜਾਂਦਾ। ਸੌਖੇ ਸ਼ਬਦਾਂ ਵਿੱਚ ਮੂਲ ਮੰਤਰ ਦੇ ਅਭਿਆਸੀ ਦੇ ਹਿਰਦੇ ਵਿੱਚ ਓਅੰਕਾਰ ਸਰਬਦਾ ਪ੍ਰਕਾਸ਼ਕ ਹੈ, ਪਰਮੇਸ਼ਰ ਦੇ ਸਾਰੇ ਗੁਣ ਉਹਦੇ ਹਿਰਦੇ ਵਿੱਚ, ਸਾਰੀਆਂ ਉਹਦੀਆਂ ਸ਼ਕਤੀਆਂ ਉਹਦੇ ਹਿਰਦੇ ਵਿੱਚ ਪ੍ਰਕਾਸ਼ ਕਰ ਲੈਂਦੀਆਂ ਇੱਕ ਦਿਨ ਆ ਕੇ, ਸਾਰੀਆਂ ਸ਼ਕਤੀਆਂ ਉਹਦੇ ਹਿਰਦੇ ਵਿੱਚ ਵਸ ਜਾਂਦੀਆਂ। ਜੋ ਉਹ ਮੁੱਖੋਂ ਬਚਨ ਕਹਿੰਦਾ ਉਹਦਾ ਪੂਰਾ ਹੁੰਦਾ ਹੈ। ਇਸ ਕਰਕੇ ਇਹ ਅੰਤਰੀਵ ਅਰਥ ਹਨ। ਫਿਰ ਬੰਦਨਾ, ਉਹ ਪੂਜਣ ਦੇ ਯੋਗ ਬਣ ਜਾਂਦਾ, ਉਹਦੇ ਸਾਰੇ ਉਹਦੇ ਅੱਗੇ ਹੱਥ ਜੋੜ ਕੇ ਖੜ੍ਹੇ ਰਹਿੰਦੇ ਹੈ। ਬੰਦਨਾ ਉਹਨੂੰ ਸਾਰੇ ਨਮਸਕਾਰਾਂ ਕਰਦੇ, ਨਾਮ ਜਪਣ ਵਾਲਿਆਂ ਨੂੰ ਦੁਨੀਆਂ ਕਰਦੀ ਨਹੀਂ ਨਮਸਕਾਰਾਂ, ਸਾਰੀ ਦੁਨੀਆਂ ਕਰਦੀ ਹੈ। ਹੱਥ ਜੋੜ ਕੇ ਸਾਰੀ ਦੁਨੀਆਂ ਖਲੋਂਦੀ ਕਿ ਨਹੀਂ ਖਲੋਂਦੀ, ਸਾਰੀ ਦੁਨੀਆਂ ਖਲੋਂਦੀ ਹੈ।
ਇਹ ਅੰਤਰੀ ਭਾਵ ਹਨ।